ਉਹ ਕਾਂਗਰਸ ਪਾਰਟੀ ਦੇ ਆ, ਇਹ ਅਕਾਲੀ ਪਾਰਟੀ ਦੇ। ਉਹਨਾਂ ਸਮਝਿਆ ਵੀ ਵਿੱਚ ਸਰਪੰਚ ਵਿੱਚ ਆ, ਰਮਿੰਦਰ ਸਿੰਘ ਸਰਪੰਚ ਵਿੱਚ ਆ। ਸੂਬੇ 'ਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ, ਅਜਿਹੇ 'ਚ ਆਪਸੀ ਰੰਜਿਸ਼ਾਂ ਦਾ ਦੌਰ ਵੀ ਸ਼ੁਰੂ ਹੋ ਗਿਆ। ਤੁਸੀਂ ਵੀਡੀਓ ਦੇਖ ਵੀ ਲਈ ਹੋਣੀ ਹੈ ਅਤੇ ਗੋਲੀਆਂ ਦੇ ਫਾਇਰ ਸੁਣ ਵੀ ਲਏ ਹੋਣੇ ਨੇ। ਇਹ ਲੜਾਈ ਕਿਸੇ ਜ਼ਮੀਨ ਜਾਇਦਾਦ ਨੂੰ ਲੈ ਕੇ ਨਹੀਂ, ਸਗੋਂ ਸਰਪੰਚੀ ਪਿੱਛੇ ਹੋਈ ਹੈ। ਹੁਣ ਤੁਹਾਨੂੰ ਦੱਸਦੇ ਹਾਂ ਪੂਰੀ ਘਟਨਾ। ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦਾ ਹੈ, ਜਿੱਥੇ ਕੁਝ ਲੋਕਾਂ ਵੱਲੋਂ ਇੱਕ ਫਾਰਚੂਨ ਕਾਰ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਕਾਰ 'ਚ ਕੋਈ ਨਾ ਸਵਾਰ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਕਾਰ ਦੀ ਭੰਨ ਤੋੜ ਜ਼ਰੂਰ ਹੋ ਗਈ। ਦੂਜੇ ਪਾਸੇ ਕਾਰ ਮਾਲਕ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਇਹ ਸਾਰਾ ਕੁਝ ਪਿੰਡ ਦੀ ਸਰਪੰਚੀ ਨੂੰ ਲੈ ਕੇ ਵਾਪਰਿਆ। ਸਾਡੇ ਮੱਲਾਂ ਵਾਲੇ ਗੱਡੀ ਫੋਰਚੂਨਰ ਭੰਨੀ ਹੈ ਸਾਡੀ, ਅਤੇ ਕੱਲ੍ਹ ਸ਼ਾਮੀ 6:30 ਵਜੇ ਟਾਈਮ ਆ, ਗੱਡੀ ਮੇਰੀ ਮੰਗ ਕੇ ਲੈ ਕੇ ਗਿਆ ਸੀ ਕਿ ਪ੍ਰਦੀਪ ਕੁਮਾਰ ਲੁਧਿਆਣੇ ਜਾਣਾ ਸੀ ਨਾ, ਲੁਧਿਆਣੇ ਤੋਂ ਸ਼ਾਮੀ ਆਣ ਕੇ ਵਾਪਸ ਸ਼ੋਪ ਦੇ ਬਾਹਰ ਗੱਡੀ ਖੜ੍ਹੀ ਸੀਗੀ, ਅਤੇ ਮੇਰੀ ਗੱਡੀ ਦੇਖ ਕੇ ਉਹਨਾਂ ਸਮਝਿਆ ਵੀ ਇਹ ਵਿੱਚ ਸਰਪੰਚ ਵਿੱਚ ਆ, ਰਮਿੰਦਰ ਸਿੰਘ ਸਰਪੰਚ ਵਿੱਚ ਆ, ਅਤੇ ਮੇਰੀ ਗੱਡੀ 'ਤੇ ਉਹਨਾਂ ਭਰਨੀ ਸ਼ੁਰੂ ਕਰਤੀ ਅਤੇ ਫਿਰ ਮੈਨੂੰ ਮਾਰ ਦੇਣ ਦੀ ਦੇਖ ਲਈ। ਕੌਣ ਲੋਕ ਸੀਗੇ ਜਿਹਨਾਂ ਨੇ? ਫਿਰ ਇਹ ਅੰਗਰੇਜ਼ ਸਿੰਘ ਦੁੱਲੂ ਸੀਗਾ, ਇਹ ਟਰੱਕ ਯੂਨੀਅਨ ਦਾ ਪ੍ਰਧਾਨ ਆ, ਅਤੇ ਪਿੰਡ ਆਸ਼ੀਕੇ ਦਾ ਹੈਗਾ, ਸਰਪੰਚੀ ਦਾ ਚਾਹ ਬਣਿਆ। ਮੇਰੇ 'ਤੇ ਇਹੋ ਹੀ ਦਬਾਅ ਬਣਾਉਣ ਖਤਰੇ ਨਾਲ ਕੀਤਾ ਵੀ ਇਹ ਸਰਪੰਚੀ ਦਾ ਇਲੈਕਸ਼ਨ ਨਾ ਲੜੇ, ਖੜ੍ਹੇ ਨਾ ਉੱਥੇ। ਇਹ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ? ਇਹ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ। ਕਾਂਗਰਸ ਪਾਰਟੀ ਦਿਹਾਤੀ ਦੇ? ਜੀਰਲ ਜੀਰਲ ਹਾਂਜੀ। ਹੁਣ ਤੁਸੀਂ ਕੀ ਮੰਗ ਕਰਦੇ? ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਇਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਹਨਾਂ ਦਾ ਪਰਚਾ ਦਰਜ ਕਰਕੇ ਇਹਨਾਂ ਨੂੰ ਅੰਦਰ ਜੇਲ੍ਹ 'ਚ ਭੇਜਿਆ ਜਾਵੇ। ਉੱਧਰ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਹੈ। ਉਹਦੇ 'ਤੇ ਕੇਸ ਦਰਜ ਕਰਤਾ, ਜਿਹੜੇ ਸ਼ਰਾਰਤੀ ਬੰਦੇ ਉਹਨੂੰ ਸ਼ੋਰਟਲੀ ਆਪਾਂ ਅਰੈਸਟ ਕਰਾ ਲਏ। ਸਰ ਕਿੰਨੇ ਬੰਦਿਆਂ 'ਤੇ ਮਾਮਲਾ ਦਰਜ ਹੋਇਆ? ਅਤੇ 6 ਬੰਦਿਆਂ 'ਤੇ ਮਾਮਲਾ ਦਰਜ ਹੋਇਆ, ਅਤੇ ਬਾਕੀ ਵੈਰੀਫਾਈ ਕਰਦੇ ਹਾਂ, ਜੇ ਕੋਈ ਹੋਰ ਵੀ ਹੋਣਗੇ ਉਹਨਾਂ ਨੂੰ ਇਨਕਲੂਡ ਕਰਾ ਲਏ। ਸਰ ਛਾਪੇਮਾਰੀ ਚੱਲ ਰਹੀ ਹੈ ਜੀ? ਛਾਪੇਮਾਰੀ ਚੱਲ ਰਹੀ ਹੈ, ਅਸੀਂ ਵੈਰੀਫਾਈ ਕਰ ਲਏ ਕਿਹੜੇ ਬੰਦੇ ਹੈਗੇ, ਵਜ੍ਹਾ ਕੀ ਹੈ ਉਹ ਵੀ ਦੇਖ ਰਹੇ। ਸਰ ਇਲੈਕਸ਼ਨ ਨੂੰ ਲੈ ਕੇ ਪਹਿਲਾਂ ਵੀ ਕਾਫੀ ਬਵਾਲ ਹੋਈ ਸੀ, ਹੁਣ ਵੀ ਮਤੇ ਹਾਲਾਤ ਨੇ ਵੀ ਪੂਰੇ ਜ਼ਿਲ੍ਹੇ ਦੇ ਵਿੱਚ ਹੀ, ਅਤੇ ਕਿਸ ਤਰ੍ਹਾਂ ਦੀ ਪੁਲਿਸ ਦੇ? ਪੁਲਿਸ ਨਾਲ ਬਹੁਤ ਅੱਛੇ ਇਤਿਹਾਸ ਰੱਖੇ ਹੋਏ ਆ, ਬਿਲਕੁਲ ਵੈਰੀਫਾਈ ਕਰ ਰਹੇ ਹਾਂ, ਆਈਡੈਂਟੀਫਾਈ ਕਰ ਰਹੇ ਹਾਂ ਅਸੀਂ ਪਿੰਡ ਵਾਈਜ਼ ਵੀ ਕਿਹੜੇ ਕਿਹੜੇ ਸ਼ਰਾਰਤੀ ਬੰਦੇ ਆ, ਉਹਨਾਂ ਨੂੰ ਅਸੀਂ ਬੌਂਡ ਕਰ ਰਹੇ ਜਲਦ। ਇਹ ਸਭ ਦੇਖਣ ਤੋਂ ਬਾਅਦ ਇੱਕ ਗੱਲ ਤਾਂ ਸਪਸ਼ਟ ਹੋ ਚੁੱਕੀ ਹੈ ਕਿ ਪੰਜਾਬ ਦੇ ਲੋਕਾਂ ਦੇ ਸਿਰ ਚੋਣਾਂ ਦਾ ਜਨੂਨ ਚੜ੍ਹਨਾ ਸ਼ੁਰੂ ਹੋ ਗਿਆ, ਪਰ ਇਹ ਜਨੂਨ ਇਸ ਕਦਰ ਵੱਧ ਜਾਏਗਾ ਕਿ ਪੰਚਾਇਤੀ ਚੋਣਾਂ ਆਪਸੀ ਭਾਈਚਾਰੇ ਲਈ ਹੀ ਖਤਰਾ ਬਣ ਜਾਣਗੀਆਂ, ਇਹ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਣਾ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ।